ਉਹ ਗੁਰੂ ਸਾਹਿਬ ਇਹ ਦੱਸਣ ਦਾ ਬਹੁਤ ਹੀ ਸਪਸ਼ਟ ਰੂਪ ਵਿੱਚ ਉਪਰਾਲਾ ਕਰਦੇ ਨੇ ਇੱਕ ਇੱਕ ਸ਼ਬਦ ਸਾਨੂੰ ਇੱਕ ਸੁਨੇਹਾ ਦਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪੂਜਾ ਵਿਧੀਆਂ ਜੋ ਰਿਚੁਅਲਸ ਆ ਜੋ ਬਾਹਰमुखी ਤੌਰ ਤਰੀਕੇ ਆ ਜੋ ਕਰਮकांड ਦੇ ਨਾਲ ਜੁੜੇ ਹੋਏ ਆ ਜੋ ਅੰਨੀ ਸ਼ਰਧਾ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਵਿੱਚੋਂ ਕੋਈ ਸੁਨੇਹਾ ਨਹੀਂ ਮਿਲਦਾ ਉਹਨਾਂ ਤੋਂ ਪਿੱਛੇ ਹਟਣ ਦੀ ਜ਼ਰੂਰਤ ਹੈ ਘਰ ਨਾਰਾਇਣ ਸਭਾ ਨਾਲ ਪੂਜਾ ਕਰੇ ਰਖਣਾ ਵਾਲ ਕੁੰਗੂ ਚੰਨਣ ਫੂਲ ਚੜਾਏ ਪੈਰੀ ਪੈਪੇ ਬਹੁਤ ਮਨਾਏ ਬਹੁਤ ਸਪਸ਼ਟ ਉਹਨਾਂ ਨੇ ਇੱਕ ਸਟਾਇਰ ਇੱਕ ਵਿਅੰਗ ਇੱਕ ਚੋਟ ਕੀਤੀ ਹੈ ਐਸੇ ਪ੍ਰਾਣੀਆਂ ਉੱਤੇ ਜਿਹੜੇ ਪ੍ਰਾਣੀ ਪਰਮਾਤਮਾ ਨਾਲੋਂ ਟੁੱਟ ਕੇ ਉਹਦੇ ਨਾਲੋਂ ਦੂਰ ਹੋ ਕੇ ਅਕਾਲ ਪੁਰਖ ਦੇ ਦੀ ਹੋਂਦ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੀ ਥਾ ਗੁਰੂ ਦੇ ਸੁਨੇਹੇ ਨੂੰ ਆਪਣੇ ਅੰਗ ਸੰਗ ਸਮਝਣਦੇ ਥਾ ਜਦੋਂ ਉਹ ਇਸ ਕਿਸਮ ਦੇ ਉਪਰਾਲੇ ਕਰਦੇ ਨੇ ਇਸ ਕਿਸਮ ਦੇ ਯਤਨ ਕਰਦੇ ਨੇ ਕਿ ਸ਼ਾਇਦ ਕੋਈ ਜਾਦੂ ਹੋ ਜਾਣਾ ਹੈ ਸ਼ਾਇਦ ਕੋਈ ਇੱਕਦਮ ਕੋਈ ਪ੍ਰਾਪਤੀ ਹੋ ਜਾਣੀ ਹੈ ਜੇ ਕੋਈ ਉਂਗਲਾਂ ਵਿੱਚ ਅਸੀਂ ਸਟੋਨ ਪਾਉਨੇ ਆ ਪੱਥਰ ਪਾਉਨੇ ਆ ਉਹਦੀ ਵੀ ਅਸੀਂ ਇਹ ਸਮਝਦੇ ਆ ਕਿ ਉਹਦੇ ਨਾਲ ਸਾਡੀ ਰੂਹ ਤੇ ਅਸਰ ਹੋ ਜਾਣਾ ਹੈ ਸਾਡੀ ਆਤਮਾ ਉਤੇ ਅਸਰ ਹੋ ਜਾਣਾ ਹੈ ਸਾਨੂੰ ਕੁੱਲ ਜਗ ਦੀਆਂ ਪ੍ਰਾਪਤੀਆਂ ਹੋ ਜਾਣੀਆਂ ਹੈ ਇਹ ਗੱਲਾਂ ਜਿਹੜੀਆਂ ਨੇ ਗੁਰੂ ਸਾਹਿਬ ਨੇ ਰੱਦ ਕੀਤੀਆਂ ਨੇ ਇਹਨਾਂ ਗੱਲਾਂ ਦੇ ਸੰਬੰਧ ਵਿੱਚ ਹੀ ਅੱਗੇ ਤੁਰਦੇ ਹੋਏ ਉਹ ਧਾਰਮਿਕ ਨਿਸ਼ਾਨੀਆਂ ਜੋ ਨੇ ਜੋ ਪਰਪਾਰਟੀ ਵਜੋਂ ਪਹਿਨੀਆਂ ਜਾਂਦੀਆਂ ਸੀ ਜਿਹੜੀਆਂ ਹੌਲੀ-ਹੌਲੀ ਜਿਨ੍ਹਾਂ ਦੇ ਅਰਥ ਨਿਮਨ ਹੋ ਗਏ ਸੀ ਜਿਨ੍ਹਾਂ ਨੂੰ ਇਹ ਸਮਝਿਆ ਜਾਂਦਾ ਸੀ ਕਿ ਮਨੁੱਖ ਦਾ ਦੂਜਾ ਜਨਮ ਹੋਇਆ ਜਦੋਂ ਜਨੇਊ ਪਹਿਨਦਾ ਹੈ ਲੇਕਿਨ ਕੋਈ ਦੂਜਾ ਜਨਮ ਨਹੀਂ ਸੀ ਹੁੰਦਾ ਕਿਸੇ ਕਿਸਮ ਦੀ ਵੀ ਤਬਦੀਲੀ ਨਹੀਂ ਸੀ ਆਉਂਦੀ ਸਿਰਫ ਇੱਕ ਧਾਗਾ ਪਹਿਨਾਉਣ ਦੀ ਰਸ ਪੂਰੀ ਹੋ ਜਾਂਦੀ ਸੀ ਧਾਗਾ ਵੀ ਉਹ ਜਿਹਦੇ ਤੋਂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਸੀ ਸਾਂਚਰਤਾ ਕੋਈ ਵਿਸ਼ੇਸ਼ਤਾ ਹੀ ਨਹੀਂ ਸੀ ਪੈਦਾ ਹੁੰਦੀ ਕੋਈ ਵਿਲੱਖਣਤਾ ਨਹੀਂ ਸੀ ਪੈਦਾ ਹੁੰਦੀ ਨਾ ਉਹ ਨਿਰਲੇਪ ਹੁੰਦਾ ਸੀ ਲੇਕਿਨ ਧਾਗਾ ਪਾ ਕੇ ਉਹ ਮਹਿਸੂਸ ਕਰਦਾ ਸੀ ਕਿ ਮੈਂ ਸ਼ਾਇਦ ਧਾਰਮਿਕ ਹੋ ਗਿਆ ਇਹ ਨਿਸ਼ਾਨੀਆਂ ਜਿਹੜੀਆਂ ਨੇ ਬਾਹਰਮੁਖੀ ਇਹ ਮਨੁੱਖ ਨੂੰ ਕਿਸੇ ਤਰ੍ਹਾਂ ਵੀ ਰੋਸ਼ਨੀ ਨਹੀਂ ਦੇ ਸਕਦੀਆਂ ਅਗਵਾਈ ਨਹੀਂ ਦੇ ਸਕਦੀਆਂ ਮਨੁੱਖ ਦੇ ਨਾਲ ਸਦਾ ਲਈ ਨਹੀਂ ਨਿਭ ਸਕਦੀਆਂ ਤੇ ਨਿਭਣਾ ਤਾਂ ਗੁਣਾ ਨੇ ਐ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਗੁਣਾ ਦਾ ਜਨੇਊ ਮੰਗਿਆ ਸੀ ਜਦੋਂ ਉਹਨਾਂ ਨੇ ਜਨੇਊ ਦੇ ਸੰਬੰਧੀ ਜਿਹੜੀ ਉਹ ਟਿੱਪਣੀ ਕਰਦੇ ਨੇ ਜਿਸ ਕਿਸਮ ਦਾ ਉਹ ਆਦੇਸ਼ ਦਿੰਦੇ ਨੇ ਜਿਸ ਕਿਸਮ ਦਾ ਆਵੇਸ਼ ਉਹਨਾਂ ਦੀ ਬਾਣੀ ਰਾਹੀਂ ਪ੍ਰਗਟ ਹੁੰਦਾ ਹੈ ਉਹ ਵੇਖਣੀ ਹੋਗਿਆ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਉਸ ਮੌਕੇ ਦੇ ਉੱਤੇ ਇਹ ਕਿਹਾ ਕਿ ਦਇਆ ਕਪਾਂ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਦਾ ਹੈ ਹੀ ਤਾਂ पांडे ਘੱਤ ਕਿ ਮੈਨੂੰ ਗੁਣਾਂ ਦਾ ਜਨੇਊ ਜਿਹਦੇ ਚ ਸਭ ਤੋਂ ਵੱਡਾ ਗੁਣ ਸਭ ਤੋਂ ਪਹਿਲਾ ਗੁਣ ਦਇਆ ਦਾ ਹੋਵੇ ਦਇਆ ਦੇ ਸੰਬੰਧ ਵਿੱਚ ਆਪਾਂ ਜਾਣਦੇ ਆ ਕਿੰਨੀ ਖੂਬਸੂਰਤ ਗੱਲ ਗੁਰੂ ਸਾਹਿਬ ਨੇ ਕਹੀ ਆ ਢਾਲ ਧਰਮ ਦਇਆ ਕਾ ਪੂਤ ਧਰਮ ਤੋਂ ਵੀ ਉੱਪਰ ਦਇਆ ਨੂੰ ਉਹਨਾਂ ਨੇ ਦੱਸਿਆ ਤੋ ਇਸ ਤਰ੍ਹਾਂ ਅਸੀਂ ਇਹ ਵੇਖਦੇ ਆ ਕਿ ਫੋਕਟ ਰਸਮਾਂ ਖਾਲੀ ਰਸਮਾਂ ਜੋ ਨਿਰਾਰਥਕ ਰਸਮਾਂ ਨੇ ਜੋ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਠਾਹਰ ਨਹੀਂ ਦਿੰਦੀਆਂ ਇੱਕ ਰਸਮ ਬਣ ਕੇ ਰਹਿ ਜਾਂਦੀਆਂ ਉਹਨਾਂ ਦੇ ਸੰਬੰਧ ਵਿੱਚ ਗੁਰਮਤਿ ਦੇ ਨਿਰਣੇ ਜਿਹੜੇ ਨੇ ਉਹ ਬੜੇ ਹੀ ਸਪਸ਼ਟ ਨੇ ਅਸੀਂ ਵੇਖਦੇ ਆ ਇਸੇ ਤਰ੍ਹਾਂ ਉਹ ਇਸ ਕਿਸਮ ਦੇ ਜਿਹੜੇ ਸਾਧ ਨੇ ਜੋ ਡੇਰਿਆਂ ਵਾਲੇ ਨੇ ਜੋ ਉਹਨਾਂ ਦੇ ਜਿਹੜਾ ਅੱਜ ਦਾ ਰੂਪ ਜੋ ਡੇਰਿਆਂ ਵਾਲਿਆਂ ਦਾ ਹੈ ਉਸ ਵੇਲੇ ਵੀ ਮੌਜੂਦ ਸੀ ਤੋਂ ਉਹਨਾਂ ਦੇ ਸੰਬੰਧ ਵਿੱਚ ਗੁਰੂ ਸਾਹਿਬ ਇਹਨੇ ਨਿਸਥਰ ਹੋ ਕੇ ਇਹਨੇ ਮਤਲਬ ਸ਼ਕਤੀ ਦੇ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਕਿ ਕਿਵੇਂ ਉਹ ਆਪਣੀ ਰੋਟੀ ਲਈ ਆਪਣਾ ਤਾਂ ਦੌਲਤ ਬਣਾਉਣ ਲਈ ਲੋਕਾਂ ਨੂੰ ਲੁੱਟਣ ਲਈ ਆਪਣੇ ਪਖੰਡਾਂ ਦੀ ਰਾਹੀ ਆਪਣੀਆਂ ਕਲਾਬਾਜ਼ੀਆਂ ਦੀ ਰਾਹੀ ਆਪਣੇ ਵੱਖ-ਵੱਖ ਤੌਰ ਤਰੀਕਿਆਂ ਦੀ ਰਾਹੀ ਆਪਣੀ ਸ਼ਾਬਦਿਕ ਜੰਗਾਲ ਦੀ ਰਾਹੀ ਉਹਨਾਂ ਨੂੰ ਕਰਾਹੇ ਪਾਉਂਦੇ ਨੇ ਅਕਿਸੀ ਕੋਈ ਫਲ ਦੇ ਰਿਹਾ ਕੋਈ ਪਾਣੀ ਦੀ ਬੋਤਲ ਦੇ ਰਿਹਾ ਕੋਈ ਧਾਗੇ ਟਵੀਟ ਦੇ ਰਿਹਾ ਤੇ ਕੋਈ ਨੱਚ ਕੇ ਗਾ ਕੇ ਲੋਕਾਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਉਹ ਮਹਿਸੂਸ ਕਰਦਾ ਕਿ ਨੱਚ ਕੇ ਗਾ ਕੇ ਉਹ ਰੱਬ ਨੂੰ ਰਾਜ਼ੀ ਕਰ ਸਕਦਾ ਤੇ ਜਿਹੜੇ ਇਸ ਗੱਲ 'ਚ ਵਿਸ਼ਵਾਸ ਕਰਦੇ ਸੀ ਉਹ ਉਹਨਾਂ ਨੂੰ ਨੱਚਣ ਗਾਉਣ ਵਾਲਿਆਂ ਨੂੰ ਇਸ ਕਿਸਮ ਦੇ ਹਲਕੇ ਗੁਰੂਆਂ ਨੂੰ ਬੁਲਾਉਂਦੇ ਸੀ ਤੇ ਉਹਨਾਂ ਰਾਹੀਂ ਆਪਣੇ ਮਨਾਂ ਨੂੰ ਸ਼ਾਂਤੀ ਦੇਣ ਦੀ ਕੋਸ਼ਿਸ਼ ਕਰਦੇ ਸੀ ਲੇਕਿਨ ਉਹ ਮਖੌਲ ਦਾ ਥਾਂ ਬਣਦੇ ਸੀ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਸੀ ਉਹਨਾਂ ਕੋਲ ਨਾ ਸ਼ਬਦ ਸੀ ਨਾ ਸ਼ਬਦ ਦਾ ਅਰਥ ਸੀ ਨਾ ਕੋਈ ਸੁਨੇਹਾ ਸੀ ਕਿਉਂਕਿ ਸ਼ਬਦ ਤੇ ਅਰਥ ਦੀ ਰਾਹੀਂ ਹੀ ਮਨੁੱਖ ਤੱਕ ਸੁਨੇਹਾ ਪਹੁੰਚਦਾ ਹੈ ਰੌਲੇ-ਗੋਲੇ ਤੋਂ ਵੱਧ ਗੱਪ-ਸ਼ੱਪ ਤੋਂ ਵੱਧ ਪਰੰਪਰੇ ਖੇਤੋਂ ਵੱਧ ਗੱਲਾਂ ਦੇ ਜੰਜਾਲ ਤੋਂ ਵੱਧ ਉਹਨਾਂ ਦੇ ਕੋਲ ਕੁਝ ਨਹੀਂ ਸੀ ਔਰ ਬਹੁਤ ਸਪਸ਼ਟ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਿ ਵਾਇਨ ਚੇਲੇ ਨਚਣ ਗੁਰ ਪੈਰ ਹਲਾਇਨ ਫੇਰਨ ਸਿਰ ਓਡੋ ੜਾਵਾ ਝਾਟੇ ਪਾਏ ਵੇਖਿਆ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪਛੜ ਧਰਤੀ ਨਾਲ ਤੋ ਇਸ ਦਾ ਬਦਲ ਜਿਹੜਾ ਗੁਰੂ ਸਾਹਿਬ ਨੇ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਦੇ ਤੋਂ ਪਹਿਲਾਂ ਅਸੀਂ ਇੱਕ ਹੋਰ ਰੂਪ ਵੀ ਦੇਖ ਸਕਦੇ ਹਾਂ ਕਿ ਦੋਹਰਾ ਰੂਪ ਡੋਗਲਾ ਰੂਪ ਕਿ ਬਾਹਰੋਂ ਪਹਿਰਾਵਾ ਸਾਦਾ ਵਾਲਾ ਹੈ ਬਾਹਰੋਂ ਪਹਿਰਾਵਾ ਧਰਮ ਵਾਲਾ ਹੈ ਮਜ਼ਬ ਵਾਲਾ ਹੈ ਬਾਹਰੋਂ ਪਹਿਰਾਵਾ ਚਾਹੇ ਕਿਸੇ ਵੀ ਧਰਮ ਵਾਲਾ ਉਹ ਅੰਦਰ ਨੂੰ ਨਹੀਂ ਸੋਧਦਾ ਅੰਦਰ ਕੁਝ ਹੋਰ ਵਸਦਾ ਹੈ ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਕਿ ਬਾਹਰ ਦਿਸੇ ਚਾਨਣਾ ਦਿਲਨ ਦਿਹਾੜੀ ਰਾਤ ਬਾਹਰਲੇ ਭਲੇਖੇ ਬਾਹਰਲੇ ਜਿਹੜੇ ਭਰਮ ਨੇ ਉਹ ਮਨੁੱਖ ਨੂੰ ਕੁਰਾਹੇ ਪਾਉਣ ਲਈ ਵਰਤੇ ਜਾਂਦੇ ਨੇ ਔਰ ਗੁਰੂ ਸਾਹਿਬ ਇਦਾਂ ਦੀ ਜਿਹੜੀ ਕੁਰਾਹਤ ਹੈ ਇਸ ਤਰ੍ਹਾਂ ਦਾ ਜੋ ਦੋਹਰਾ ਜੀਵਨ ਹੈ ਇਸ ਤਰ੍ਹਾਂ ਜੋ ਇਸ ਤਰ੍ਹਾਂ ਦੀ ਜੋ ਵਖ ਵਖ ਧਰਮਾਂ ਦੇ ਵਿੱਚ ਪ੍ਰਪਰਟੀ ਹੈ ਮਿਹਰ ਦੀ ਮਸੀਤ ਤੇ ਚੰਗੇ ਮੰਦਰ ਦੀ ਥਾਂ ਤੇ ਪੰਡਤ ਜੋ ਮਾਨੂ ਪਰਬੋਧ ਇਹੋ ਜਿਹੇ ਠਾ ਕੀ ਕਹਿੰਦੇ ਨੇ ਗੁਰੂ ਸਾਹਿਬ ਕੀ ਬਣਦਾ ਕੀ ਕਿਹਾ ਜਾਂਦਾ ਕੀ ਲੈ ਕੇ ਅੱਗੇ ਆਉਂਦੇ ਨੇ ਕਿ ਮਾਨਸ ਖਾਣੇ ਕਰੇ ਨਵਾਜ ਛੁਰੀ ਵਗਾਣ ਤਿੰਨ ਗਲ ਤਾਗ ਉਹ ਜਿਹੜੇ ਜਨੇਊ ਪਹਿਨੀ ਫਿਰਦੇ ਐ ਉਹ ਅਸਲ ਵਿੱਚ ਅੰਦਰ ਅੰਦਰ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਆ ਮੱਥੇ ਟਿੱਕਾ ਟੇੜ ਧੋਤੀ ਖਾਈ ਹੱਥ ਛੁਰੀ ਜਗਤ ਕਸਾਈ ਗਉ ਬ੍ਰਾਹਮਣ ਕੌ ਕਰ ਲਾਵੋ ਗੋਬਰ ਤਰਨ ਨਾ ਜਾਏ ਧੋਤੀ ਟਿੱਕਾ ਤੇ ਜਬ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰ ਕਾ ਭਾਈ ਛੋੜੀ ਲੇਪਾ ਖੰਡਾ ਨਾਮ ਲਿਆ ਲਿਆ ਜਾਏ ਤਰੰਦਾ ਔਰ ਇਹ ਗੁਰੂ ਸਾਹਿਬ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਦੇ ਪਰਲੇ ਗਿਆਨ ਨਹੀਂ ਹੁੰਦਾ ਕਿਸੇ ਦੇ ਕੋਲ ਧਿਆਨ ਨਹੀਂ ਹੁੰਦਾ